ਬੁੱਢਾ ਸਿੰਘ ਚੋਹਾਨ ਦਾ ਨਾਵਲ ਗੇਰੂ ਰੰਗੇ ਦਾ 10ਵਾਂ ਕਾંડ ਜੈਪਾਲ ਦੇ ਮਨ ਦੀ ਹਾਲਤ ਦਮਾਂ ਡਾਊਨ ਹੋਈ ਪਈ ਸੀ ਸੋਚਦਾ ਰਹਿੰਦਾ ਜੇ ਪੜ੍ਹਾਈ ਵੱਲ ਧਿਆਨ ਦਿੰਦਾ ਲੰਡਰ ਮੁੰਡਿਆਂ ਵੱਲ ਨਾ ਰਲਦਾ ਤਾਂ ਅੱਜ ਉਹਦੀ ਜ਼ਿੰਦਗੀ ਖੋਰ ਦੀ ਹੋਰ ਹੁੰਨੀ ਸੀ ਕੀ ਖੱਟਿਆ ਉਹਨੇ ਚੱਲਦੀ ਦੁਨੀਆ ਤੋਂ ਨਿੱਖੜ ਕੇ ਘਰੇ ਭਾਵੇਂ ਘਟਖਾਂ ਨੂੰ ਮਿਲਦਾ ਪਰ ਮਨ ਤਾਂ ਟਿਕਾਣੀ ਰਹਿੰਦਾ ਉਹ ਚੱਕਰ ਵਿੱਚ ਫਸ ਗਿਆ ਸੀ ਕਿਸੇ ਪਾਸੇ ਵੀ ਲੰਘਣ ਲਈ ਰਾਹ ਨਹੀਂ ਸੀ ਉਲਝਿਆ ਹੋਇਆ ਉਹ ਕਿਸੇ ਤਣ ਪਤਨ ਲੱਗਣ ਬਾਰੇ ਸੋਚਦਾ کافی ਪੈਸੇ ਆੜਤੀਏ ਦੇ ਪਏ ਸੀ ਉਹਨਾਂ ਤੋਂ ਬਹਾਨੇ ਲਾ ਲਾ ਕੇ ਉਹ ਪੈਸੇ ਲੈਂਦਾ ਤੇ ਬੈਂਕ 'ਚ ਜਮ੍ਹਾਂ ਕਰਾਉਂਦਾ ਦੋ ਬੈਂਕਾਂ 'ਚ ਖਾਤੇ ਸੀ ਦੋਹਾਂ ਬੈਂਕਾਂ ਦੀਆਂ ਕਾਪੀਆਂ ਦਿਨੋਂ-ਦਿਨ ਉੱਫਣ ਰਹੀਆਂ ਸੀ ਉਹ ਕਾਪੀਆਂ ਦੇ ਪੈਸੇ ਜੋੜਦਾ ਟਾ ਸਟਾ ਲਾਉਂਦਾ ਵੀ ਜੇ ਦੂਰ ਨੇੜੇ ਜ਼ਮੀਨ ਲਵੇ ਤਾਂ 12-13 ਲੱਖ ਨੂੰ ਕਿੱਲਾ ਮਿਲ ਸਕਦਾ ਹੈ 25-30 ਕਿੱਲੇ ਜੋ ਗ੍ਰੇਵਸ ਕੋਲ ਪੈਸੇ ਹਨ ਤੇ ਜਿਹੜੀ ਪਿੰਡ ਉਹ ਜ਼ਮੀਨ ਲਏਗਾ ਉੱਥੇ ਨੇੜਲੇ ਸ਼ਹਿਰ ਚ ਕੋਠੀ ਪਾ ਲਏਗਾ। ਜ਼ਮੀਨ ਠੇਕੇ ਤੇ ਦੇ ਕੇ ਵਧੀਆ ਜੀਵਨ ਗੁਜ਼ਾਰ ਸਕਦਾ ਹੈ। ਡੇਰੇ ਚ ਕੀ ਹੈ ਉਹਦਾ? ਪਤਨੀ ਨਹੀਂ, ਧੀ ਨਹੀਂ, ਘਰ ਨਹੀਂ, ਪਰਿਵਾਰ ਨਹੀਂ। ਟੋਬੇ ਚੁੱਗੀ ਹੋਈ ਵੇਲ ਵਰਗੀ ਆ ਉਹਦੀ ਜ਼ਿੰਦਗੀ। ਉਹਨੂੰ ਕੋਈ ਜਦੋਂ ਜੀ ਚਾਹੇ ਕੱਢ ਕੇ ਪੱਤਣ ਤੇ ਧਰ ਸਕਦਾ ਹੈ। ਦਿਨੋਂ-ਦਿਨੋਂ ਦੇ ਮਨ ਚ ਵਿਆਹ ਕਰਵਾਉਣ ਦੀ ਸੋਚ ਭਾਰੂ ਹੋਣ ਲੱਗ ਪਈ। ਉਮਰ 37-38 ਸਾਲ ਸੀ। ਸੋਚਦਾ ਜਦੋਂ ਲੋਕਾਂ ਕੋਲ 5-5, 4-4 ਕੇ ਲੈ ਜ਼ਮੀਨ ਰਹਿ ਗਈ ਹੈ। ਉਸ ਕੋਲ ਤਾਂ 25-30 ਕਿੱਲੇ ਹੋਏਗੀ ਰਹਿਣ ਲਈ ਕੋਠੀ ਸਾਕਰਨ ਵਾਲੇ ਤਾਂ ਮਗਰਮਗਰ ਫਿਰਨਗੇ ਜਦੋਂ ਵਿਆਹ ਬਾਰੇ ਸੋਚਦਾ ਤਾਂ ਮਨ ਚ ਬੀਬਾ ਦਾ ਖਿਆਲ ਆਉਂਦਾ ਸੋਚਦਾ ਉਹਦੇ ਨਾਲ ਗੱਲ ਕਰੇ ਜੇ ਉਹ ਮੰਨ ਜਾਏ ਤਾਂ ਕਿੰਨੀ ਚੰਗੀ ਗੱਲ ਹੋਏਗੀ ਮਨ ਚੋਂ ਆਵਾਜ਼ ਆਉਂਦੀ ਉਹ ਤਾਂ ਕਦੇ ਉਹਦੇ ਕੋਲ ਆਈ ਨਹੀਂ ਦੂਜੀ ਆਵਾਜ਼ ਆਉਂਦੀ ਉਹਦੇ ਨਾਲ ਸਿੱਧੀ ਗੱਲ ਕਰੇ ਨਾ ਮਨਜ਼ੂਰ ਹੋਇਆ ਤਾਂ ਜਵਾਬ ਦੇ ਦੇਗੀ ਉਹਨੂੰ ਇਹ ਗੱਲ ਵੀ ਰੜਕਦੀ ਸੀ ਵੀ ਜਦੋਂ ਕਦੇ ਉਹ ਜਾਂਦਾ ਬਾਬੇ ਬੀਬਾ ਕੋਲ ਪਾਸੇ ਹੀ ਨਹੀਂ ਹੁੰਦੇ ਹਰ ਵੇਲੇ ਵਿਚਾਲੇ ਫਸੇ ਰਹਿੰਦੇ ਨੇ ਗੱਲਬਾਤ ਚਲਾਉਣ ਲਈ ਉਹਨੇ ਬੀਬਾ ਨੂੰ ਕਾਲਾ ਮੋਬਾਈਲ ਲੈ ਕੇ ਦਿੱਤਾ ਸੀ ਰੰਗਦਾਰ ਮੋਬਾਈਲ ਤਾਂ ਕਿਸੇ ਕਿਸੇ ਵੱਡੇ ਬੰਦੇ ਕੋਲ ਹੁੰਦਾ ਸੀ ਦੋ ਵਾਰ ਗੱਲ ਵੀ ਕੀਤੀ ਸੀ ਇੱਕ ਵਾਰ ਉਹਨੇ ਕਹਿਤਾ ਸੀ ਡੇਰੇ ਮਰੀਜ਼ ਬੈਠੇ ਨੇ ਫਿਰ ਕਿਹਾ ਸੀ ਬਾਬਾ ਜੀ ਹੁਣੇ ਪਏ ਨੇ ਪਰ ਇਹ ਨਹੀਂ ਸੀ ਕਿਹਾ ਕਿ ਉਹ ਫੇਰ ਗੱਲ ਕਰੇਗੀ ਜੈਪਾਲ ਸੋਚਦਾ ਉਹ ਕਿਸ ਤਰ੍ਹਾਂ ਦੀ ਹੈ ਜਿਹੜੀ ਪਿਗਲਦੀ ਨਹੀਂ ਕੀ ਲੁਕੋ ਕੇ ਰੱਖਿਆ ਉਹਨੇ ਉਹ ਤੋਂ ਗਊਸ਼ਾਲਾ ਲਈ ਹਰਾ ਚਾਰਾ ਉਹਦੇ ਖੇਤੋਂ ਜਾਂਦਾ ਸੀ ਲੱਗਦਾ ਸੀ ਜਿਵੇਂ ਉਹ ਪੱਥਰ ਤੇ ਪਾਣੀ ਪਾਈ ਜਾਂਦਾ ਹੋਵੇ ਪੈਂਦਾ ਪਾਣੀ ਪਾਸੀ ਤਿਲਕੀ ਜਾਂਦਾ ਹੋਵੇ ਜੈਪਾਲ ਨੂੰ ਪਤਾ ਨਹੀਂ ਸੀ ਉਹ ਕਾਲੀ ਨਹੀਂ ਸੀ ਕਰਨਾ ਚਾਹੁੰਦੀ ਲੱਜ ਸ਼ਰਮੋਦੇ ਤੇ ਭਾਰੂ ਸੀ ਉਹਦੀ ਕੋਈ ਮਜਬੂਰੀ ਵੀ ਨਹੀਂ ਸੀ ਤੇ ਘਰ ਦੀ ਹਾਲਤ ਗਊਸ਼ਾਲਾ ਦੇ ਵਿਕਦੇ ਦੁੱਧ ਨੇ ਕਾਫੀ ਸੁਧਾਰ ਦਿੱਤੀ ਸੀ ਪਹਿਣਾ ਨਿੱਖਰਵੇਂ ਕੱਪੜੇ ਪਾ ਕੇ ਸਕੂਟਰੀ ਤੇ ਕਾਲਜ ਜਾਂਦੀ ਆ ਮਜਬੂਰੀ ਕੀ ਹੁੰਦੀ ਹੈ ਘਰ ਦੇ ਜੀ ਭੁੱਲੇ ਗਏ ਸੀ ਹੁਣ ਉਹਦੇ ਹੱਥੇਟ ਇੰਨਾ ਪੈਸਾ ਆ ਗਿਆ ਸੀ ਕਿ ਚਾਹੁੰਦੀ ਤਾਂ ਪਿੰਡ ਦੀ ਫਿਰਨੀ ਤੇ ਵਿਗਾ ਡੇਡ ਵਿਗਾ ਥਾਂ ਲੈ ਕੇ ਕੋਠੀ ਪਾ ਸਕਦੀ ਸੀ ਮੰਦਿਰ ਵੀ ਵਧੀਆ ਚੱਲ ਪਿਆ ਸੀ ਹਰ ਮਹੀਨੇ ਪੂਜਾ ਦੇ ਪੈਸੇ ਗਿਣ ਕੇ ਕਮੇਟੀ ਉਹਨੂੰ ਦੇ ਦਿੰਦੀ ਮੰਦਿਰ ਦਾ ਮੂੰਹ ਮੱਥਾ ਸਵਾਰਨ ਤੇ ਵੀ ਥੋੜੇ ਬਹੁਤੇ ਪੈਸੇ ਲਾ ਛੜਦੀ ਮੰਦਿਰ 'ਚ ਕੰਮ ਚੱਲਦਾ ਪੁਜਾਰੀ ਪ੍ਰਭ ਦੇ ਆਲ ਨੂੰ ਫੋਨ ਕਰਕੇ ਦੱਸ ਦਿੰਦਾ ਉਹ ਆਉਂਦਾ ਮੱਲੋ ਮੱਲੀ ਹੋਇਆ ਖਰਚ ਦੇ ਜਾਂਦਾ ਮੰਦਰ ਬਣਾ ਕੇ ਉਹ ਜਨਮ ਸਫਲਾ ਹੋਇਆ ਸਮਝਦਾ ਸੀ ਉਹ ਨਹੀਂ ਸੀ ਚਾਹੁੰਦਾ ਪੂਜਾ ਦਾ ਪੈਸਾ ਮੰਦਰ ਤੇ ਲੱਗੇ ਤੇ ਮਿਲਣ ਵਾਲਾ ਫਲ ਮੱਥਾ ਟੇਕਣ ਵਾਲਿਆਂ ਨੂੰ ਮਿਲੇ ਤੇ ਜਦੋਂ ਕਦੇ ਉਹਦੇ ਘਰੇ ਕੋਈ ਖੁਸ਼ੀ ਦਾ ਮੌਕਾ ਆਉਂਦਾ ਉਹ ਜਗਰਾਤਾ ਕਰਾਉਂਦਾ ਗਾਇਕ ਮੰਡਲੀਆਂ ਆਉਂਦੀਆਂ ਹਨੂਮਨ ਦਾ ਜਸ ਗਾਉਂਦੀਆਂ ਚਾਹ ਪਕੌੜੇ ਆਂਦਾ ਲੰਗਰ ਚੱਲਦਾ ਪਿੰਡ ਚ ਮੰਝਿਆਂ ਨਾਲ ਮੰਝੇ ਹੋਏ ਬੁੜੇ ਠੇਰੇ ਘਰਾਂ ਚ ਰਹਿ ਜਾਂਦੇ ਮੰਦਰ ਦੀਆਂ ਬਾਹਰਲੀਆਂ ਕੰਧਾਂ ਵੀ ਉਹਨੇ ਪਲੱਸਤਰ ਕਰਵਾ ਕੇ ਲਾਲ ਰੰਗ ਕਰਵਾਤਾ ਸੀ ਮੰਦਰ ਤੇ ਲਾਲ ਝੰਡਾ ਝੁਲਦਾ ਬੀਬਾ ਮੰਦਰ ਚ ਹਰ ਰੋਜ਼ ਢੇੜਾ ਮਾਰਦੀ ਸ਼ਰਧਾ ਨਾਲ ਮੱਥਾ ਟੇਕਦੀ ਤਾਂ ਕਿ ਲੱਗੇ ਕਿ ਉਹ ਮੰਦਰ ਨੂੰ ਵੀ ਡੇਰੀ ਵਾਂਗ ਸਮਝਦੀ ਹੈ ਜਦੋਂ ਆਥਣੇ ਉਹ ਗਊਸ਼ਾਲਾ ਚ ਦੁੱਧੀ ਨੂੰ ਪਾਇਆ ਦੁੱਧ ਲਿਖਣ ਆਉਂਦੀ ਜੇ ਕੋਈ ਸ਼ਹਿਰੋਂ ਆਈ ਮੰਦਰ ਮੂਰੇ ਕਾਰ ਖੜੀ ਹੁੰਦੀ ਤਾਂ ਉਹ ਜਾਣਦੀ ਆਏ ਗਏ ਦਾ ਸਤਿਕਾਰ ਕਰਦੀ ਚਾਹ ਪਾਣੀ ਪੁੱਛਦੀ ਤਾਂ ਭਗਤ ਮੰਦਰ ਦੇ ਚਾਹ ਪਾਣੀ ਪੀਣ ਨੂੰ ਬੋਝ ਸਮਝਦੇ ਉਹਦੇ ਮਨ ਚ ਕਦੇ ਕਦੇ ਜੈਪਾਲ ਦਾ ਖਿਆਲ ਹੁੰਦਾ ਉਦੇ ਪੈਸਿਆਂ ਦੇ ਚਲਕਾਰਿਆਂ ਨੇ ਉਹਦੀਆਂ ਅੱਖਾਂ ਚੁੰਧਾਈਆਂ ਹੋਈਆਂ ਸੀ ਪਰ ਉਹਦੇ ਵੱਲ ਸਿੱਧੀ ਨਿਗਾਹ ਨਹੀਂ ਸੀ ਵੇਖਣ ਲੱਗੀ ਮਨ ਤੇ ਕਾਬੂ ਰੱਖਣਾ ਉਹਨੂੰ ਆਉਂਦਾ ਸੀ ਮਨ ਪਟਕਣ ਨਹੀਂ ਸੀ ਦਿੰਦੀ ਮਨ ਸ਼ਾਂਤ ਰੱਖਣ ਦਾ ਢੰਗ ਉਹਨੇ ਲੱਭਿਆ ਹੋਇਆ ਸੀ ਨਹਾਉਣ ਵੇਲੇ ਤਨ ਦੀ ਮੈਲ ਲਾਉਂਦੀ ਲਾਉਂਦੀ ਉਹ ਮਨ ਦੀ ਮੈਲ ਵੀ ਲਾ ਲੈਂਦੀ ਇਸੇ ਕਰਕੇ ਜਿੱਥੇ ਖੜਦੀ ਪੈਰ ਗੱਡ ਕੇ ਖੜਦੀ ਦੁਨੀਆਦਾਰੀ ਦੀ ਸਮਝ ਉਹਨੂੰ ਦਿਨੋਂ ਦਿਨ ਆ ਰਹੀ ਸੀ ਇੱਕ ਦਿਨ ਗਊਸ਼ਾਲਾ ਚ ਬੀਬਾ ਦੁੱਧੀਆਂ ਨੂੰ ਪਾਇਆ ਦੁੱਧ ਲਿਖ ਰਹੀ ਸੀ ਮੋਬਾਈਲ ਦੀ ਘੰਟੀ ਵੱਜੀ ਘੰਟੀ ਸੁਣ ਕੇ ਦੁੱਧ ਲਿਖਵਾ ਰਿਆ ਭਈਆ ਪਰਾਂ ਚਲਾ ਗਿਆ ਬੀਬਾ ਨੇ ਜਦੋਂ ਵੇਖਿਆ ਕਿ ਲਗਾਤਾਰ ਵੱਜ ਰਹੀ ਘੰਟੀ ਦਮ ਨਾ ਤੋੜ ਜਾਏ ਉਹਨੇ ਮੋਬਾਈਲ ਔਨ ਕੀਤਾ ਗਿਆ ਹਾਂ ਜੀ ਮੈਂ ਸ਼ਹਿਰ ਵਾਲੇ ਡੇਰੇ ਚੋਂ ਮਹੰਤ ਬੋਲਦਾ ਮੀਬਾ ਜੀ ਬਾਬਾ ਜੀ ਪਛਾਣ ਲਈ ਤੁਹਾਡੀ ਆਵਾਜ਼ ਹੋਰ ਦੱਸੋ ਤੁਹਾਡੇ ਕੀ ਹਾਲ ਚਾਲ ਨੇ ਹਾਲ ਚਾਲ ਕਿਹੜਾ ਤੁਸੀਂ ਪੁੱਛਦੇ ਹੋ ਸ਼ਹਿਰ ਆਉਨੇ ਬਾਹਰ ਦੀ ਬਾਹਰ ਮੁੜ ਜਾਂਨੇ ਹਾਂ ਮੈਨੂੰ ਲੱਗਦਾ ਡੇਰੇ ਨੂੰ ਤੁਸੀਂ ਆਵਦਾ ਨਹੀਂ ਸਮਝਦੇ ਨਹੀਂ ਜੀ ਨਹੀਂ ਬਾਬਾ ਜੀ ਡੇਰਾ ਵੀ ਸਾਡਾ ਹੈ ਤੁਸੀਂ ਵੀ ਸਾਡੇ ਹੋਪਰਿਆਂ ਵਾਲੀਆਂ ਗੱਲਾਂ ਕਿਉਂ ਕਰੀ ਜਾਂਦੇ ਹੋ ਉਪਰਿਆਂ ਵਾਲੀਆਂ ਗੱਲਾਂ ਤਾਂ ਤੁਸੀਂ ਕਰ ਦਿਓ ਪਹਿਲਾਂ ਇਹ ਦੱਸੋ ਸ਼ਹਿਰ ਆਏ ਮਿਲ ਕੇ ਕਿਉਂ ਨਹੀਂ ਜਾਂਦੇ ਆਉਂਦੇ ਕਿਉਂ ਨਹੀਂ ਦੋ ਘੜੀ ਮਿਲ ਕੇ ਜੇ ਅੰਨਿਆਂ ਨੂੰ ਦੱਸਣ ਲਾ ਜਾਉਂਗੇ ਤੁਹਾਡਾ ਕੀ ਜਾਂਦਾ ਜੈਪਾਲ ਦੀ ਆਵਾਜ਼ ਚਦੀਨਗੀ ਸੀ ਹਲਕਾ ਹਲਕਾ ਤਰਲਾਵੀ ਆਉਂ ਜੀ ਜ਼ਰੂਰ ਆਉਂ ਫਿਕਰ ਨਾ ਕਰੋ ਬੀਬਾ ਨੇ ਚੋਖ ਖਲਾਰੀ ਕੀ ਕਰ ਨਾ ਕਰੀਏ ਤਾਂ ਹੋਰ ਦੱਸੋ ਕੀ ਕਰੀਏ ਕੋਈ ਨਾ ਜੀ ਕੋਈ ਨਾ ਛੇਤੀ ਆਉਂ ਕਹਿ ਕੇ ਬੀਬਾ ਨੇ ਫੋਨ ਕੱਟ ਦਿੱਤਾ ਜੈਪਾਲ ਨੂੰ ਲੱਗਿਆ ਜਿਵੇਂ ਸੜਦੇ ਟਿੱਬੇ ਤੇ ਛੜਾਕੇਦਾਰ ਮੀਂਹ ਪਿਆ ਹੋਵੇ ਰੂਚ ਮਿਸਰੀ ਕੋਲ ਗਈ ਲੰਗਦਾ ਪਲ-ਪਲ ਨੇਰੇ ਚ ਜੁਗਨੂਆਂ ਵਾਂਗ ਉੱਡਣ ਲੱਗਿਆ ਉਹਨੇ ਕਮਰੇ ਚ ਪਏ ਨਿੱਕੇ ਜਿਹੇ ਫ੍ਰਿਜ ਚੋਂ ਠੰਡੇ ਪਾਣੀ ਵਾਲੀ ਬੋਤਲ ਕੱਢੀ ਮੂੰਹ ਨੂੰ ਲਾ ਲਈ ਲੱਗਿਆ ਜਿਵੇਂ ਸ਼ਰਬਤ ਦੀਆਂ ਘੁੱਟਾਂ ਭਰ ਰਿਹਾ ਹੋਵੇ ਉਹ ਮਸਤੀ ਚਾ ਕੇ ਮੰਜੇ ਤੇ ਪੈ ਗਿਆ ਖੁਮਾਰੀ ਨਾਲ ਅੱਖਾਂ ਵਿੱਚ ਵਿੱਚ ਜਾ ਰਹੀਆਂ ਸੀ ਖਿਆਲਾਂ 'ਚ ਸੋਨੇ ਰੰਗਾ ਬੀਬਾ ਦਾ ਚਿਹਰਾ ਉੱਭਰਨ ਲੱਗਿਆ ਜਿਸ ਤੋਂ ਆਪਣੀ ਆਪਣਤ ਮਹਿਸੂਸ ਹੋ ਰਹੀ ਸੀ ਪਿਆ ਪਿਆ ਉਹ ਸੋਚਾਂ ਦੇ ਜਾਲ ਬੁਣਨ ਲੱਗਿਆ ਜਿਸ 'ਚ ਬੀਬਾ ਦਾ ਵजूद ਉਲਝਾਇਆ ਜਾ ਸਕੇ ਕਦੇ ਮਨ 'ਚ ਕੋਈ ਤਰਕੀਬ ਆਉਂਦੀ ਕਦੇ ਕੋਈ ਫਿਰ ਉਹਦੀ ਸੋਚ ਇਸ ਨੁਕਤੇ ਤੇ ਆ ਕੇ ਅਟਕ ਗਈ ਕਿ ਜਦੋਂ ਬੀਬਾ ਡੇਰੇ ਆਈ ਉਹਨੂੰ ਹਰਦوار ਜਾਣ ਲਈ ਕਹੇਗਾ ਆਈ ਨੂੰ ਕਹੇਗਾ ਕਿ ਉੱਥੇ ਜ਼ਰੂਰੀ ਗੱਲਾਂ ਕਰਨੀਆਂ ਨੇ ਨਾਲੇ ਉਹਨੂੰ ਬਾਗ ਵਖਾਏਗਾ ਕਿੰਨੇ ਬਾਗੋ ਬਾਗ ਹੋਏਗੀ ਉਹ ਬਾਗ ਵੇਖ ਕੇ ਜਦੋਂ ਜਾਲ ਬੁੰਨਦੇ ਬੁੰਨਦੇ ਦੀਆਂ ਉਹਦੀਆਂ ਅੱਖਾਂ ਥੱਕ ਗਈਆਂ ਪਤਾ ਹੀ ਨਾ ਲੱਗਿਆ ਕਦੋਂ ਨੀਂਦ ਆ ਗਈ ਅੱਖ ਖੁੱਲੀ ਤਾਂ ਡੇਰੇ ਦੀਆਂ ਕੰਧਾਂ ਤੋਂ ਪਰਛਾਵੇਂ ਉਤਰ ਕੇ ਧੁੱਪ ਦੇ ਫਿੱਕੇ ਪੈਂਦੇ ਰੰਗ ਚ ਰਚ ਰਹੇ ਸਨ ਮਨ ਬੀਬਾ ਚ ਬੀਬਾ ਨਾਲ ਫੋਨ ਤੇ ਹੋਈਆਂ ਗੱਲਾਂ ਅਗੜ ਪਿਛੜ ਯਾਦ ਆ ਰਹੀਆਂ ਸਨ ਨੇਪਾਲਨ ਕੁੜੀ ਦੇ ਜਾਨ ਪਿੱਛੋਂ ਅੱਜ ਪਹਿਲੀ ਵਾਰ ਉਹ ਇੰਨਾ ਖੁਸ਼ ਹੋਇਆ ਸੀ ਕਾਂਡ 11ਵਾਂ ਜਦੋਂ ਕੋਈ ਮਰੀਜ਼ ਨਾ ਹੁੰਦਾ ਬਾਬੇ ਗੱਲਾਂ ਕਰਦੇ ਕਰਦੇ ਬੀਬਾ ਦੇ ਅੰਦਰ ਛਾਤੀ ਮਰਵਾਉਣ ਦਾ ਯਤਨ ਕਰਦੇ। ਪਈਆ ਲਾਂਗਰੀ ਦੇਸੀ ਚੀਜ਼ਾਂ ਦੀ ਬਣਾਈ ਦੇਸੀ ਚਾਹ ਦੁੱਧ ਚੋਂ ਵਾਲ ਕੇ ਦੇ ਜਾਂਦਾ। ਉਹ ਗੱਲਾਂ ਲੱਗ ਜਾਂਦੇ ਤੇ ਕਹਿੰਦੇ ਬੀਬਾ ਆਦਮੀ ਨੂੰ ਸੋਚਣਾ ਚਾਹੀਦਾ ਉਹ ਕੀ ਦੇ ਕਰਕੇ ਹੈ। ਆਪ ਉਹਨੇ ਉਸ ਲਈ ਕੀ ਕੀਤਾ ਹੈ? ਉਹਨੇ ਕੀ ਕੀਤਾ ਹੈ? ਨਾ ਸੋਚੇ ਜਾਂ ਕਰਨ ਵਾਲੇ ਬਾਰੇ ਆਪ ਕੁਝ ਨਾ ਕਰੇ ਤਾਂ ਗੱਲ ਅੱਗੇ ਚਲਣੀ ਮੁਸ਼ਕਲ ਹੋ ਜਾਂਦੀ ਹੈ। ਹੱਥ ਲੈ ਕੇ ਦੂਜੇ ਹੱਥ 모ੜਨਾ ਬੰਦੇ ਦਾ ਧਰਮ ਹੋਣਾ ਚਾਹੀਦਾ ਬੀਬਾ ਨੂੰ ਸੁਣ ਕੇ ਝਟਕਾ ਲੱਗਿਆ ਉਹ ਕਿਹੋ ਜੀਆਂ ਗੱਲਾਂ ਕਰ ਰਹੀ ਨੇ ਕਿਉਂ ਕਰ ਰਹੀ ਨੇ ਇੱਕਦਮ ਬਾਬਿਆਂ ਵੱਲ ਵੇਖਿਆ ਤਾਂ ਅੱਖਾਂ ਦਾ ਰੰਗ ਜੈਪਾਲ ਦੇ ਰੰਗ ਵਰਗਾ ਲੱਗਿਆ ਬੀਬਾ ਨੇ ਉਹਨਾਂ ਦੀ ਅੱਖਾਂ ਤੇ ਗੱਡੀ ਨਿਗਾ ਪਾਸੇ ਨਾ ਕੀਤੀ ਉਸੇ ਤਰ੍ਹਾਂ ਵੇਖੀ ਗਈ ਬਾਬਿਆਂ ਦੀਆਂ ਅੱਖਾਂ ਦਾ ਰੰਗ ਬਦਲਿਆ ਨਾ ਉਹ ਅਜ ਮਨ ਦੀ ਗੱਲ ਕਹਿਣ ਦੀ ਪੱਕੀ ਧਾਰੀ ਬੈਠੇ ਸੀ ਕਹਿਣ ਲੱਗੇ ਹੁਣ ਤੂੰ ਆਪਣੀਆਂ ਭੈਣਾਂ ਵੱਲੀ ਵੇਖ ਤੇਰੇ ਆਪਣੇ ਵੱਲ ਰਾਤ ਦਿਨ ਦਾ ਫਰਕ ਹੈ ਉਹਨਾਂ ਬੰਨੀ ਲੋਕ ਕਿਵੇਂ ਵੇਖਦੇ ਆ ਤੇਰੇ ਬੰਨੀ ਕਿਵੇਂ ਤੇਰੇ ਬੰਨੀ ਵੇਖ ਕੇ ਲੋਕ ਮੂੰਹ ਚ ਉਂਗਲਾਂ ਪਾਉਣ ਤਾਂ ਹੀ ਜਾਂਦੇ ਆ ਸਾਰੇ ਪਿੰਡ ਚ ਤੂੰ ਨਿੱਤਰ ਕੇ ਸਾਹਮਣੇ ਆ ਗਈ ਪਿੰਡ ਤਾਂ ਕੀ ਸ਼ਹਿਰ ਚ ਹੋਵੇ ਜਿੱਥੇ ਜਾਨੀ ਹੈ ਲੋਕ 당ਗ ਰਹਿ ਜਾਂਦੇ ਆ ਤੇਰੀ ਕਹੀ ਹੋਈ ਕੋਈ ਮੋੜਦਾ ਨਹੀਂ ਤੇਰਾ ਇੱਜ਼ਤ ਮਾਣੀ ਇੰਨਾ ਹੋ ਗਿਆ ਸਿੱਧੇ ਮੱਥੇ ਗੱਲ ਕਰਨ ਦਾ ਛੇਤੀ ਛੇਤੀ ਕਿਸੇ ਦਾ ਹੀਆਂ ਨਹੀਂ ਪੈਂਦਾ ਸੋਚੀ ਕਿਹਦੇ ਕਰਕੇ ਹੋਇਆ ਸਾਰਾ ਕੁਝ ਬਾਬੇ ਆਪਣੀ ਗੱਲ ਕਰ ਹਟੇ ਵੀਬਾ ਸੁਣ ਕੇ ਚੁੱਪ ਕਰ ਗਈ ਭਈਆ ਲਾਂਗਰੀ ਚਾਹ ਲਈ ਗਲਾਸ ਚੁੱਕਣ ਆਇਆ ਬਾਬੇ ਕਹਿੰਦੇ ਬਿਰਜੂ ਬੱਠਲ ਚ ਪਾਣੀ ਲੈ ਕੇ ਆ ਅੱਧਾ ਤਾਜ਼ਾ ਪਾਣੀ ਪਾ ਦੇ ਅੱਧਾ ਬਰਫ ਵਾਲਾ ਭਈਆ ਪਾਣੀ ਦਾ ਬੱਠਲ ਲੈ ਆਇਆ ਤੇ ਸੰਤਾਂ ਦੀ ਕੁਰਸੀ ਅੱਗੇ ਰੱਖਤਾ ਉਹਨਾਂ ਨੇ ਧੋੜੀ ਦੀ ਜੁੱਤੀ ਲਾਈ ਪੈਰ ਪਾਣੀ ਚ ਡਬੋਲੇ ਅੱਖਾਂ ਬੰਦ ਕਰਕੇ ਠੰਡਾ ਪਾਣੀ ਮੰਨਿਆ ਲੰਮੇ ਲੰਮੇ ਸਾਹ ਲਏ ਸੀਂ ਸੀਂ ਕਰਨ ਲੱਗੇ ਉਹਨਾਂ ਨੇ ਖਾਸਾ ਚਿਰ ਪੈਰ ਪਾਣੀ ਚ ਪਾਈ ਰੱਖੇ ਪਾਣੀ ਦੀ ਠਾਰ ਫੁੱਟੀ ਤਾਂ ਪੈਰ ਕੱਢੇ ਜੁੱਤੀ ਪਾ ਕੇ ਸੌਣ ਕਮਰੇ 'ਚ ਚਲੇ ਗਏ ਜਾਂਦਿਆਂ ਨੇ ਕਿ ਆਈ ਬੀਬਾ ਬੀਬਾ ਉੱઠી ਮਗਰ ਖੌਤੂਰੀ ਮਾਂ ਚ ਡਰਤਾ ਬਹੁਤਾ ਨਹੀਂ ਸੀ ਪਰ ਵੇਖਣਾ ਚਾਹੁੰਦੀ ਸੀ ਕਰਦੇ ਕੀ ਨੇ ਗੱਲਾਂ ਵਿਚਲੀ ਗੱਲ ਸਮਝ ਗਈ ਸੀ ਟੋਬੇ ਦੀ ਗਾਦ 'ਚ ਦੱਬਿਆ ਬੂਰ ਪਾਣੀ ਤੇ ਆ ਗਿਆ ਸੀ ਦੁਚਿੱਤੀ 'ਚ ਸੀ ਕਿਹੜੇ ਸਿੱਟੇ ਤੇ ਪਹੁੰਚੇ ਪਹਿਲਾਂ ਵਾਲੀ ਥਾਂ ਤੇ ਖੜੀ ਰਏ ਜਾਂ ਤਿਲਕੇ ਇਹ ਸਵਾਲ ਉਹਦੇ ਸਿਰ ਤੇ ਤਲਵਾਰ ਵਾਂਗ ਆ ਲਟਕਿਆ ਸੀ ਬਾਬੇ ਬੈੱਡ ਤੇ ਲੰਮੇ ਪੈ ਗਏ ਉਹ ਗਈ ਤਾਂ ਕਹਿੰਦੇ ਵੀ ਬਬ ਖੋਪੇ ਦਾ ਤੇਲ ਲੈ ਕੇ ਆ ਪੈਰ ਮੱਚੀ ਜਾਂਦੇ ਨੇ ਮਾਲਿਸ਼ ਕਰ ਥੋੜੀ ਬਹੁਤੀ ਸ਼ਾਂਤੀ ਆ ਜਾਈ ਬੀਬਾ ਨਾਰੀਅਲ ਦੇ ਤੇਲ ਵਾਲੀ ਰਬੜ ਦੀ ਡੱਬੀ ਚੁੱਕ ਲਈ ਢੱਕਣ ਖੋਲ ਕੇ ਪੈਰਾਂ ਵਾਲੇ ਪਾਸੇ ਬੈਠ ਗਈ ਸੱਜਾ ਪੈਰ ਚੁੱਕ ਕੇ ਅੱਡੀ ਪੱਟ ਤੇ ਰੱਖੀ ਪੈਰ ਦਾ ਉਤਲਾ ਪਾਸਾ ਖੱਬੇ ਹੱਥ ਨਾਲ ਫੜਿਆ ਸੱਜੇ ਨਾਲ ਪਤਲੀ ਝਸਣ ਲੱਗੀ ਬਾਬੇ ਅੱਖਾਂ ਬੰਦ ਕਰਕੇ ਲੰਮੇ ਲੰਮੇ ਸਾਹ ਲੈਣ ਲੱਗੇ ਬੀਬਾ ਨੂੰ ਲੱਗਿਆ ਜਿਵੇਂ ਏਡੀ ਪੱਟੇ ਚ ਤਸੰਦਾ ਯਤਨ ਕਰਦੀ ਹੋਈ ਪਰ ਮਾਸ ਸਖਤ ਹੋਣ ਕਾਰਨ ਤਸ ਨਹੀਂ ਸੀ ਰਹੀ ਗਿੱਟੇ ਤੇ ਵੀ ਮਲ ਇਹ ਵੀ ਬਹੁਤ ਦੁਖਦਾ ਬੀਬਾ ਗਿੱਟਾ ਮਲਣ ਲੱਗੀ ਬਾਬਿਆਂ ਦੀਆਂ ਅੱਖਾਂ ਜੇ ਵੀ ਬੰਦ ਸਨ ਉਹ ਬੀਬਾ ਨੂੰ ਆਪਣੇ ਵੱਲ ਝੁਕੀ ਹੋਈ ਚਿਤਵ ਰਹੇ ਸਨ ਅੱਖਾਂ ਖੋਲ ਕੇ ਵੇਖਿਆ ਤਾਂ ਉਵੇਂ ਦੀ ਉਵੇਂ ਬੈਠੀ ਸੀ ਇੱਕ ਕੱਢੀ ਹੋਈ ਭੋਰਾ ਵੀ ਝੁਕੀ ਨਹੀਂ ਸੀ ਉਹਦੇ ਚਿਹਰੇ ਦਾ ਨੂਰ ਬਾਬਿਆਂ ਨੂੰ ਛਿਲਤਾ ਵਾਂਗ ਝੁੱਬਣ ਲੱਗਾ ਪਰ ਬੋਲੇ ਨਹੀਂ ਅੱਖਾਂ ਫੇਰ ਬੰਦ ਕਰ ਲਈ ਕੈਨ ਲੱਗੇ ਗਿੱਟੇ ਤੋਂ ਥੋੜਾ ਜਿਹਾ ਉੱਤੇ ਵੀ ਮਲ ਉਹ ਗਿੱਟੇ ਤੋਂ ਉੱਤੇ ਮਲਦੀ ਰਹੀ ਫਿਰ ਹੋਰ ਉੱਤੇ ਹੋਰ ਉੱਤੇ ਦਾ سلسلہ ਚੱਲਦਾ ਰਿਹਾ ਪਿੰਜਣੀ ਤੱਕ ਆ ਗਈ ਪਿੰਜਣੀ ਚ ਕੁੱਕੜੀਆਂ ਵੱਜੀਆਂ ਸਨ ਹਰ ਵੇਲੇ ਕੁਰਸੀ ਤੇ ਬੈਠਣ ਕਰਕੇ ਜਾਂ ਪਏ ਰਹਿਣ ਕਾਰਨ ਪਿੰਜਣੀਆਂ ਜੋਗੀ ਦੀ ਬੀਨ ਦੇ ਵਿਚਾਲੇ ਵਰਗੀਆਂ ਹੋਈਆਂ ਪਈਆਂ ਸੀ ਤੋਰਾ ਫੇਰਾ ਕਿਵੇਂ ਕਰੀਦਾ ਇਹ ਤਾਂ ਉਹ ਕਈ ਸਾਲਾਂ ਦੇ ਭੁੱਲੇ ਗਏ ਸੀ ਮਰੀਜ਼ਾਂ ਨੂੰ ਸੈਰ ਕਰਨ ਲਈ ਕਹਿੰਦੇ ਜੇ ਕੋਈ ਪਤਲਾ ਹੋਣਾ ਚਾਹੁੰਦਾ ਉਹਨੂੰ ਵੀ ਸੈਰ ਕਰਨ ਦੀ ਸਲਾਹ ਦਿੰਦੇ ਪਤਲੀਆਂ ਕੁੜੀਆਂ ਮੋਟਾ ਹੋਣਾ ਚਾਹੁੰਦੀਆਂ ਉਹਨਾਂ ਨੂੰ ਕਹਿੰਦੇ ਭਾਈ ਸੂਰਜ ਚੜ੍ਹਨ ਤੋਂ ਪਹਿਲਾਂ ਸੈਰ ਕਰਿਆ ਕਰੋ ਲੰਮੇ ਲੰਮੇ ਸਾਹ ਅੰਦਰ ਖਿੱਚਿਆ ਕਰੋ ਕਦੇ-ਕਦੇ ਇੱਕ ਨਾਸ ਬੰਦ ਕਰਕੇ ਦੂਜੀ ਨਾਸ ਰਹੀਂ ਸੜਾਕੇ ਮਾਰ ਕੇ ਹਵਾ ਅੰਦਰ ਨੂੰ ਖਿੱਚਿਆ ਕਰੋ ਠੰਡੀ ਹਵਾ ਅੰਦਰ ਜਾਣ ਨਾਲ ਫੇਫੜੇ ਖੁੱਲਣਗੇ ਹੌਲੀ-ਹੌਲੀ ਸਰੀਰ ਖੁੱਲੂ ਹਵਾ ਦਾ ਮਿਹਦੇ ਤੱਕ ਅਸਰ ਹੋ ਖਾਦਾ ਪੀਤਾ ਦੁੱਗਣਾ ਲੱਗੋ ਅਖੀਰ ਬੀਬਾ ਨੇ ਪੱਟ ਤੋਂ ਪੈਰ ਚੁੱਕ ਕੇ ਬੈੱਡ ਤੇ ਰੱਖਿਆ ਗੋਡਾ ਖੜਾ ਕਰਕੇ ਥੋੜਾ ਜਿਹਾ ਅੱਗੇ ਰਿਸਕੇ ਦੋਵਾਂ ਹੱਥਾਂ ਨਾਲ ਪਿੰਜੜੀ ਮਲਨ ਦਾ ਯਤਨ ਕੀਤਾ ਪਰ ਪਿੰਜੜੀ ਦੋਵਾਂ ਹੱਥਾਂ 'ਚ ਵੀ ਨਾ ਆਈ ਵਿਚਾਲੇ ਪੰਜ ਛੇ ਉਂਗਲਾਂ ਦਾ ਸਨ ਸੀ ਫਿਰ ਵੀ ਉਹ ਹੱਥ ਅੱਗੇ ਪਿੱਛੇ ਕਰਕੇ ਪਿੰਜਣੀ ਮਲਦੀ ਰਹੀ ਬੀਬਾ ਨੇ ਹੱਥਾਂ ਦੀ ਛੋਟੀ ਲੀ ਕੀਤੀ ਉਹਨਾਂ ਨੇ ਲੱਤ ਨਿਸਾਲ ਲਈ ਇਸੇ ਤਰ੍ਹਾਂ ਉਹਨੇ ਦੂਜਾ ਪੈਰ ਮਲਿਆ ਗਿੱਟਾ ਮਲਦੀ ਹੋਈ ਪਿੰਜੜੀ ਤੱਕ ਆ ਗਈ ਜਦੋਂ ਉਹਨੇ ਹੱਥ ਛੱਡੇ ਤਾਂ ਬਾਬਿਆਂ ਨੇ ਦੋਵੇਂ ਲੱਤਾਂ ਨਿਸਾਲ ਕੇ ਅਕੜਾ ਪੰਨਿਆ ਸਿੱਧਾ ਵੇਖਿਆ ਟਿੱਬੇ ਵਰਗੇ ਢਿੱਡ ਉਤੋਂ ਦੀ ਨਾ ਗੋਡੇ ਦੇ ਸੇ ਨਾ ਖੜੇ ਕੀਤੇ ਪੈਰ ਬੀਬਾ ਦੀ ਹਾਸੀ ਨਿਕਲਦੀ ਨਿਕਲਦੀ ਮਸਾਂ ਰੁਕੀ ਪਰ ਬਾਬਿਆਂ ਦੀਆਂ ਅਧੀਆਂ ਅੱਖਾਂ ਮੀਟੀਆਂ ਹੋਈਆਂ ਸੀ ਸਰੂਰੇ ਗਏ ਸਨ ਪਹਿਲੀ ਵਾਰ ਕੋਮਲ ਹੱਥਾਂ ਦੀ ਛੋ ਉਹਨਾਂ ਦੇ ਪੈਰਾਂ ਤੇ ਪਿੰਜੜੀਆਂ ਨੂੰ ਨਸੀਬ ਹੋਈ ਸੀ ਮਨ ਚਾਹ ਚਲਵਾਜੇ ਨਹੀਂ ਬਹੁਤ ਹੈ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਲਝਵੀਂ ਗੱਲ ਕਿਸੇ ਰਾਹ ਪਈ ਕੀਤਾ ਕਰਾਇਆ ਥੋੜਾ ਬਹੁਤਾ ਰਾਸ ਆਉਣ ਲੱਗਿਆ ਔਠੇ ਬੈੱਡ ਦੇ ਦੋਵੇਂ ਪਾਸੇ ਹੱਥ ਪਾ ਕੇ ਪਿੱਛੇ ਰਿਸਕੇ ਪਿੱਠ ਗੱਦੀ ਵਾਲੇ ਬੈੱਡ ਦੀ ਢੋਨਾਂ ਲਾ ਲਈ ਤੇ ਕਹੇ ਵੀ ਪਰ ਠੰਡਾ ਪਾਣੀ ਲੈ ਕੇ ਆ। ਬੀਬਾ ਪਾਣੀ ਲਈ ਹੱਥੋਂ ਗਲਾਸ ਫੜਦੇ ਕਹਿੰਦੇ ਵੀ ਪਰ ਤੂੰ ਤਰੱਕੀ ਬਹੁਤ ਕੀਤੀ ਐ। ਹੋਰ ਵੀ ਕਰ ਜੈਂਗੀ। ਗੱਲ ਸਮਝਣ ਦੀ ਲੋੜ ਹੁੰਦੀ ਐ। ਰਾਹ ਬਣੇ ਹੋਏ ਵੀ ਮਿਲ ਜਾਂਦੇ ਨੇ, ਬਣਾਉਣੇ ਵੀ ਪੈਂਦੇ ਨੇ। ਤੂੰ ਵੇਖ ਬਣੀ ਬਣਾਈ ਤਾਂ ਤੈਨੂੰ ਕੋਈ ਚੀਜ਼ ਵੀ ਨਹੀਂ ਮਿਲੀ। ਘਰ ਦਾ ਮੂੰਹ ਮੁੱਠਾ ਵੀ ਤੂੰ ਆਪ ਬਣਾਇਆ। ਮੈਂ ਯਤਨ ਕਰੂੰਗਾ ਤੇਰੀ ਇੱਕ ਭੈਣ ਸਰਕਾਰੀ ਟੁਕੜੇ ਪੈ ਜੀ। ਚਾਰ ਪੈਸੇ ਲੱਗੇ ਉਹ ਵੀ ਲਾਵਾਂਗੇ ਭਾਈ ਤੇਰਾ ਜੇ ਛੋਟਾ ਹੈ ਚਲ ਉਹ ਵੀ ਡਾਰ ਹੋ ਜੂ ਉਹਦਾ ਵੀ ਕੁਝ ਕਰਾਂਗੇ ਮੇਰਾ ਸਭ ਕੁਝ ਸੋਚਿਆ ਹੋਇਆ ਹੈ ਤੇਰੀ ਮਾਂ ਬਹੁਤ ਸਮਝਦਾਰ ਹੈ ਤੇਰੀ ਤਰੱਕੀ 'ਚ ਉਹਦਾ ਬਹੁਤ ਹੱਥ ਹੈ ਸਾਰੀਆਂ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਕੁਝ ਗੱਲਾਂ ਸਮਝਣੀਆਂ ਪੈਂਦੀਆਂ ਤੂੰ ਅਜੇ ਛੋਟੀ ਸੀ ਤੇਰੀ ਮਾਂ ਨੂੰ ਹੀ ਪਤਾ ਹੈ ਕਿਵੇਂ ਉਹਨੇ ਘਰ ਤੁਰਦਾ ਕੀਤਾ ਤੂ ਉਹਦੇ ਵਾਂਗ ਦੂਰ ਦੀ ਸੋਚ ਕੇ ਚੱਲ ਬਾਬਿਆਂ ਨੇ ਸਾਰੀ ਗੱਲ ਬੀਬਾ ਦੇ ਪੱਲੇ ਪਾਤੀ ਸੀ ਕਿਹਾ ਵੀ ਕੁਝ ਨਹੀਂ ਸੀ ਕਹੇ ਬਿਨਾ ਕੁਝ ਛੱਡਿਆ ਵੀ ਨਹੀਂ ਸੀ ਬੰਦ ਮੁਠੀ ਖੋਲ ਵੀ ਦਿੱਤੀ ਸੀ ਖੋਲੀ ਵੀ ਨਹੀਂ ਸੀ ਤੁਰਨ ਵਾਲੇ ਰਸਤੇ ਵੱਲ ਇਸ਼ਾਰਾ ਕਰਤਾ ਸੀ ਉਹ ਸੋਚ ਰਹੀ ਸੀ ਕਿ ਬਾਬਿਆਂ ਦੇ ਵਿਖਾਏ ਰਾਹ ਤੇ ਤੁਰੇ ਜਾਣਾ ਫਿਰ ਕੋਈ ਫੈਸਲਾ ਕਰਨ ਦੀ ਬਜਾਏ ਉਹਨੇ ਸੋਚਿਆ ਕੋਈ ਨਾ ਵੇਖੂ ਕਿਵੇਂ ਕਰਨਾ ਬੈੱਡ ਦੀ ਨੁੱਕਰ ਤੇ ਬੈਠੀ ਬੈਠੀ ਉੱઠી ਦਵਾਈਆਂ ਵਾਲੇ ਕਮਰੇ ਚੋਂ ਕਿਸੇ ਦੇ ਆਉਣ ਦੀ ਹਲਕੀ ਹਲਕੀ ਪੈਟਚਾਲ ਸੁਣੀ ਸੀ ਜਿ ਤੋਂ ਲੱਗਿਆ ਸੀ ਕੋਈ ਬੁੜੀ ਆਈ ਏ ਉਹ ਬਾਬਿਆਂ ਵਾਲੀ ਕੁਰਸੀ ਤੇ ਆ ਬੈਠੀ ਬੈਠਣ ਨਾਲ ਥੋੜੀ ਜੀ ਗੱਦੀ ਵੀ ਬੈਠੀ ਫਿਰ ਉਹ ਆਈ ਬੁੜੀ ਤੋਂ ਬਿਮਾਰੀ ਪੁੱਛਣ ਲੱਗੀ ਬਿਮਾਰੀ ਸਮਝ ਕੇ ਦੋ ਪੱਤਿਆਂ ਤੋਂ ਚਾਰ ਚਾਰ ਗੋਲੀਆਂ ਕੱਢੀਆਂ ਚੀਨੀ ਦੇ ਮਾਮ ਜਿਸ ਤੇ ਚਪਾ ਕੇ ਪੀਸਣ ਲੱਗ ਪਈ ਗੋਲੀਆਂ ਆਟੇ ਵਰਗੀਆਂ ਕਰਕੇ ਛੇ ਪੁੜੀਆਂ ਬੰਨ ਦਿੱਤੀਆਂ ਸਵੇਰੇ ਦੁਪਹਿਰੇ ਰਾਤ ਨੂੰ ਕੋਸੇ ਪਾਣੀ ਨਾਲ ਲੈਣ ਲਈ ਗਿਆ ਬੁੜੀ ਨੇ 50 ਦਾ ਨੋਟ ਦਿੱਤਾ ਉਹਨੇ ਮੇਜ਼ ਦੇ ਉੱਤਲੇ ਦਰਾਜ਼ 'ਚ ਰੱਖ ਦਿੱਤਾ ਦਰਾਜ਼ 'ਚ ਅੱਜ ਦੀ ਸਾਰੀ ਬਟੱਤ ਪਈ ਸੀ ਬਾਬੇ ਆਥਣੇ ਉਹਦੇ ਜਾਣ ਪਿੱਛੋਂ ਛੋਟੇ ਨੋਟ 모ੜਨ ਲਈ ਛੱਡ ਕੇ ਵੱਡੇ ਨੋਟ ਗਿਣ ਕੇ ਲੋਹੇ ਦੀ ਅਲਮਾਰੀ 'ਚ ਰੱਖ ਦਿੰਦੇ ਬਾਬਿਆਂ ਨੂੰ ਵੱਡੀ ਕਮਾਈ ਅਫਸਰਾਂ ਨੂੰ ਸੋਨਾ ਮਾਰ ਕੇ ਬਣਾਈ ਤਾਕਤ ਦੀ ਦਵਾਈ ਦੀ ਸੀ ਵਿਆਹ ਹੋਏ ਕਮਜ਼ੋਰ ਮੁੰਡੇ ਵੀ ਮਾਪਿਆਂ ਨਾਲ ਆਉਂਦੇ ਨੂੰਹ ਦੇ ਰੁਸਕੇ ਜਾਣ ਦੇ ਡਰੋਂ ਮੂੰ ਮੰਗੇ ਪੈਸੇ ਦੇ ਜਾਂਦੇ ਬੀਬਾ ਚਿੱਕੋ ਕਮੀ ਰਹਿ ਗਈ ਸੀ ਅਜੇ ਬਾਬਿਆਂ ਨੇ ਉਹਨੂੰ ਸੋਨਾ ਮਾਰ ਕੇ ਭਸੰਮ ਬਣਾਉਣ ਬਾਰੇ ਨਹੀਂ ਸੀ ਦੱਸਿਆ ਤੜਕੇ ਬੀਬਾ ਦੇ ਡੇਰਿਓਂ ਜਾਣ ਤੋਂ ਪਿੱਛੋਂ ਪਿੰਡ ਦਾ ਇੱਕ ਬੈਂਕ 'ਚ ਲੱਗਿਆ ਮੁਲਾਜ਼ਮ ਹੁੰਦਾ ਉਹਨੂੰ ਪੈਸੇ ਜਮ੍ਹਾਂ ਕਰਾਉਣ ਲਈ ਦਿੰਦੇ ਦਿੱਤੇ ਹੋਏ ਪੈਸੇ ਉਹਦੇ ਸਾਹਮਣੇ ਅਲਮਾਰੀ 'ਚੋਂ ਡਾਇਰੀ ਕੱਢ ਕੇ ਲਿਖਦੇ ਫਿਰ ਕਿਸੇ ਦਿਨ ਕਾਪੀ ਤੇ ਚੜੇ ਪੈਸਿਆਂ ਨੂੰ ਡਾਇਰੀ ਨਾਲ ਮਿਲਾ ਲੈਂਦੇ ਖਰਚ ਡੇਰੇ ਦਾ ਜ਼ਮੀਨ ਦੇ ਠੇਕੇ ਤੇ ਸ਼ਰਦਾਲੂਆਂ ਵੱਲੋਂ ਝਾੜੇ ਹੱਥਾਂ ਨਾਲ ਚੱਲੀ ਜਾਂਦਾ ਸੀ ਡੇਰੇ ਤੇ ਪੈਸੇ ਉਹ ਬਹੁਤੇ ਨਹੀਂ ਸੀ ਲਾਉਂਦੇ ਦਰਦੇ ਸੀ ਕਿ ਜੇ ਬਹੁਤੇ ਪੈਸੇ ਲਾਤੇ ਲੋਕ ਕਹਿਣਗੇ ਵੀ ਜੇ ਹੁਣ ਇੰਨੇ ਪੈਸੇ ਲਾਏ ਨੇ ਤਾਂ ਡੇਰੇ ਦੀ ਪਹਿਲੀ ਕਮਾਈ ਕਿੱਥੇ ਗਈ ਉਹ ਪਿੰਡ ਦੇ ਲੋਕਾਂ ਕੋਲੇ ਪ੍ਰਭਾਵ ਦਿੰਦੇ ਕਿ ਡੇਰੇ ਦੀ ਆਈ ਚਲਾਈ ਮਸਾਂ ਚਲਦੀ ਹੈ ਬੀਬਾ ਨੂੰ ਇਹ ਤਾਂ ਪਤਾ ਸੀ ਵੀ ਉਹ ਬੈਂਕ ਵਿੱਚ ਪੈਸੇ ਜਮਾ ਕਰਵਾਉਂਦੀ ਹੈ ਪਰ ਉਹਨਾਂ ਦੇ ਬੈਂਕ ਵਿੱਚ ਕਿੰਨੇ ਪੈਸੇ ਹੈ ਇਹ ਨਹੀਂ ਸੀ ਪਤਾ ਇੱਕ ਦਿਨ ਉਹ ਗਊਸ਼ਾਲਾ ਚੋਂ ਡੇਰੇ 'ਚ ਕਿਸੇ ਕੰਮ ਆਈ ਸੀ ਤਾਂ ਦਵਾਈਆਂ ਵਾਲੇ ਕਮਰੇ 'ਚ ਬੈਂਕ ਵਾਲਾ ਪਿੰਡ ਦਾ ਮੁਲਾਜ਼ਮ ਬੈਠਾ ਸੀ ਉਹਨੇ ਕਾਪੀ ਕੱਢ ਕੇ ਬਾਬਿਆਂ ਦੇ ਅੱਗੇ ਡੇਰੀ ਮੇਜ਼ ਤੇ ਰੱਖੀ ਤੇ ਬਾਬਿਆਂ ਨੇ ਉਤੇ ਹੱਥ ਰੱਖ ਕੇ ਮਦਾਰੀ ਵਾਂਗ ਹੱਥ ਫੇਰੀ ਕਰਕੇ ਦੂਜੇ ਹੱਥ ਨਾਲ ਮੇਜ਼ ਦਾ ਦਰਾਜ਼ ਖੋਲ੍ਹ ਕੇ ਉਸ 'ਚ ਸੁੱਟ ਲਈ ਸੀ ਬੀਬਾ ਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਉਹ ਰਾਸ ਤੋਂ ਪਿੱਛੋਂ ਘਰੇ ਜਾਂਦੀ ਹੈ ਤਾਂ ਉਸ ਪਿੱਛੋਂ ਉਹਨਾਂ ਦਾ ਭਾਂਜਾ ਵੀ ਆਉਂਦਾ ਹੈ ਫੋਨ ਤੇ ਹੋਈ ਗੱਲ ਮੁਤਾਬਕ ਬਾਬੇ ਬੈਂਕ ਦਾ ਚੈੱਕ ਕੱਟ ਕੇ ਰੱਖਦੇ ਸੀ ਉਹ ਪੁਰਾਣੀ ਮਾਰੂਤੀ ਕਾਰ ਤੇ ਆਉਂਦਾ ਹਾਸਾ ਪਾਸਾ ਵੇਖ ਕੇ ਚੈੱਕ ਫੜਦਾ ਹੱਥ ਜੋੜ ਕੇ ਤੁਰਦਾ ਲੱਗਦਾ ਬਾਬਿਆਂ ਦਾ ਭਾਂਜਾ ਆਪਣੇ ਪਿੰਡ ਥੋੜੀ ਬਹੁਤੀ ਜ਼ਮੀਨ ਲੈਣ ਦੇ ਚੱਕਰ 'ਚ ਸੀ ਲੈਣ ਵਾਲੀ ਜ਼ਮੀਨ 'ਚੋਂ ਬਾਬਿਆਂ ਦਾ ਨਾਮ ਵੀ ਪਵਾਉਣਾ ਚਾਹੁੰਦਾ ਸੀ ਇੱਕ ਵਾਰ ਉਹਨੇ ਇਸ਼ਾਰਾ ਵੀ ਕੀਤਾ ਸੀ ਪਰ ਬਾਬਿਆਂ ਨੇ ਧਿਆਨ ਨਾਲ ਨਹੀਂ ਸੁਣਿਆ ਉਹਨਾਂ ਨੂੰ ਡੇਰੇ ਦੀ ਜ਼ਮੀਨ ਤੇ ਡੇਰਾ ਵੇਖਣ ਵੇਲੇ ਛੋਟਾ ਜਿਹਾ ਲੱਗਦਾ ਸੀ ਜਦੋਂ ਇਹ ਵੇਖਦੇ ਸੀ ਤਾਂ ਮਨ 'ਚ ਜੈਪਾਲ ਦਾ ਡੇਰਾ ਆ ਜਾਂਦਾ ਸੀ ਅੰਗ 12ਵਾਂ ਜੈਪਾਲ ਨੂੰ ਸੁਪਨੇ ਬਹੁਤ ਆਉਂਦੇ ਪੈਣਸਾਰ ਚੱਲ ਪੈਂਦੇ ਉੱਠਣ ਤੱਕ ਟੁੱਟਦੇ ਹੀ ਨਾ ਜਿਹੜਾ ਕੁਝ ਦਿਨੇ ਸੋਚਦਾ ਸੁਪਨੇ ਬਣ ਬਣ ਆਈ ਜਾਂਦਾ ਚੰਗੇ ਨਾ ਮਾਤਰ ਹੁੰਦੇ ਆ आटे ਚ ਲੋਣ ਵਾਂਗ ਅਧੂਰੀਆਂ ਖਾਸ਼ਾਂ ਦੇ ਸੁਪਨੇ ਚੰਗੇ ਹੁੰਦੇ ਨਾ ਮਾੜੇ ਦਿਨ ਜਾਂ ਦਿਨੇ ਯਾਦ ਆਉਂਦੇ ਤਕਲੀਫ ਦੇ ਨਾ ਹੁੰਦੇ ਨੇਪਾਲਨ ਕੁੜੀ ਦੇ ਸੁਪਨੇ ਆਉਂਦੇ ਜਿਨ੍ਹਾਂ ਚ ਕਦੇ ਉਹ ਕੁਝ ਕਰ ਰਹੀ ਹੁੰਦੀ ਕਦੇ ਕੁਝ ਕਦੇ ਤੇਲ ਚਸ ਰਹੀ ਹੁੰਦੀ ਉਹ ਬੱਚਿਆਂ ਵਾਂਗ ਉਹਦੀਆਂ ਚੌੜੀਆਂ ਕੀਤੀਆਂ ਲਤਾਂ ਤੇ ਬੈਠਾ ਹੁੰਦਾ ਮਗਰ ਨੂੰ ਝੁਕਿਆ ਹੋਇਆ ਨੇਪਾਲਨ ਕੁੜੀ ਉਹਦੀ ਜ਼ਿੰਦਗੀ ਚ ਆਈ ਸੀ ਜਿਸ ਨਾਲ ਉਹਨੂੰ ਜ਼ਿੰਦਗੀ ਦੇ ਅਰਥਾਂ ਦਾ ਪਤਾ ਲੱਗਿਆ ਸੀ ਉਹ ਨਾਰੀਅਲ ਦੇ ਤੇਲ ਚ ਕਈ ਕਿਸਮ ਦੇ ਤੇਲ ਉਹ ਰਲ ਆਉਂਦੀ ਅੱਧੋਂ ਵੱਧ ਕੌਲੀ ਤੇਲ ਦੀ ਸਰੀਰ 'ਚ ਰਚਾ ਦਿੰਦੀ ਮਾਲਿਸ਼ ਕਾਦੀ ਕਰਦੇ ਸੀ ਹੌਲਾ ਫੁੱਲ ਕਰ ਦਿੰਦੀ ਦੇ ਦੇ ਖੰਭ ਲੱਗ ਜਾਂਦੇ ਮਾਨੂੰ ਡੂ ਡੂ ਕਰਦਾ ਨੀਂਦ ਇੰਨੀ ਗੂੜੀ ਆਉਂਦੀ ਕਿ ਪੈਣ ਪਿੱਛੋਂ ਅੱਖ ਖੁੱਲਦੀ ਸੂਰਜ ਬਾਗ ਦੇ ਉੱਤੋਂ ਦੀ ਪਿਆ ਹੁੰਦਾ ਉੱਠ ਕੇ ਬਾਗ ਦੇ ਗੇੜੇ ਲਾਉਂਦਾ ਬਾਗ ਲਾਉਣ ਵਾਲੇ ਮਹੰਤ ਸੁਜਾਨ ਸਿੰਘ ਨੂੰ ਯਾਦ ਕਰਦਾ ਸੋਚਦਾ ਉਹ ਕਿਹੜੇ ਜਨਮ ਦਾ ਉਹਦਾ ਕਰਜ਼ਾ ਲਾਉਣ ਆਏ ਸੀ ਮਨ ਵੀ ਖਰਾਬ ਹੁੰਦਾ ਏ ਓਹ ਲੱਗਦਾ ਉਹਨੇ ਗੰਨੇ ਦੇ ਰਾਸ ਅਦਰਕ ਪਾ ਪਾ ਉਹਨਾਂ ਦਾ ਢਿੱਡ ਕਿਉਂ ਫੂਕਿਆ ਰਾਤ ਕੱਟਣ ਆਇਆ ਉਹ ਡੇਰੇ ਦਾ ਮਾਲਕ ਬਣ ਗਿਆ ਸੀ ਮਾਇਆ ਦੇ ਢੇਰ ਤੇ ਆ ਬੈਠਾ ਸੀ ਬਾਗ ਚੋਂ ਤੋਂ ਬਹੁਤਾ ਚਿਰ ਤੁਰਿਆ ਫਿਰਿਆ ਨਾ ਜਾਂਦਾ ਮਨ ਗਲਿਆਂਨ ਤੇ ਗੁਨਾਹ ਨਾਲ ਪਰ ਜਾਂਦਾ ਕਦੇ ਕਦੇ ਭਾਰੀ ਵੀ ਹੋ ਜਾਂਦਾ ਕਬਰਾਟ ਦੀ ਇੱਕ ਗੋਲੀ ਲੈਣ ਦੀ ਬਜਾਏ ਦੋ ਲੈਣੀਆਂ ਪੈਂਦੀਆਂ ਫੇਰ ਕਿਤੇ ਜਾ ਕੇ ਹਿੱਕ ਤੇ ਟਿਕਿਆ ਗੁਨਾਹ ਦਾ ਪੱਥਰ ਹੌਲਾ ਹੁੰਦਾ ਪਰ ਪਾਸੇ ਨਾ ਹੁੰਦਾ ਕਿਉਂਕਿ ਉਹ ਚੁੱਕੀ ਜਾਣ ਵਾਲੀ ਚੀਜ਼ ਨਹੀਂ ਸੀ। ਉਹਦੀ ਜ਼ਿੰਦਗੀ 'ਚ ਨੇਪਾਲਨ ਕੁੜੀ ਨਾਲ ਲੰਘਿਆ ਸਮਾਂ ਛਾਵਾਂ ਭਰਿਆ ਸੀ। ਲੱਗਦਾ ਸੀ ਜਿਵੇਂ ਉਹਦੇ ਨਾਲ ਵਿਆਹੀ ਹੋਵੇ। ਵਿਆਹਾਂ ਵਰਗੀ ਗੱਲ ਸੀ। ਕਿਸੇ ਕਿਸਮ ਦੀ ਰੋਕਟੋਕ ਨਹੀਂ ਸੀ। ਉਹ ਪਛਤਾਉਂਦਾ ਵੀ ਉਹਨੇ ਕਾਦੇ ਲਈ ਸ਼ਹਿਰ ਦੇ ਹੱਟਾਂ ਵਾਲੇ ਲਾਲਿਆਂ ਨੂੰ ਨਾਲ ਲਿਆ ਕੇ ਇੱਥੇ ਰਹਿਣ ਦੀ ਆਦਤ ਪਾਈ। ਕੀ ਲੋੜ ਸੀ ਆਮ ਸੀਪ ਤੇ ਦੁਬਾਰਾ ਕੱਟ ਕੇ ਜਾ। ਜੈਪਾਲ ਦੀ ਆਦਤ ਸੀ ਹਰ ਮਹੀਨੇ 2-4 ਗੇੜੇ ਹਰ ਦੁਆਰ ਮਾਰਦਾ। ਉਹਦੇ ਨਾਲ 2-3 ਸ਼ਹਿਰ ਦੇ ਲਾਲੇ ਹੁੰਦੇ। ਜਿਨ੍ਹਾਂ ਨੂੰ ਚੋਣਾਂ 'ਚ ਵਰਤਨ ਦੀ ਲਾਲਸਾ ਨਾਲ ਲਿਆਉਂਦਾ ਸੀ ਸੋਚਦਾ ਜਿੰਨੀਆਂ ਵੋਟਾਂ ਉਹਦੇ ਹੱਥ 'ਚ ਹੋਣਗੀਆਂ ਚੋਣਾਂ ਲੜਨ ਵਾਲੇ ਉਮੀਦਵਾਰ ਉਹਨੇ ਹੀ ਉਹਦੇ ਪੈਰੀਂ ਪਹਿਣਗੇ ਮਨ 'ਚ ਇਹ ਵੀ ਕਿਸੇ ਨੁੱਕਰ 'ਚ ਗੱਲ ਪਈ ਸੀ ਕਿ ਹੋ ਸਕਦਾ ਹੈ ਕਿਸੇ ਵੇਲੇ ਉਹਨੂੰ ਆਪ ਨੂੰ ਚੋਣ ਲੜਨੀ ਪਵੇ ਉਦੋਂ ਮਨ ਦੇ ਨੇੜੇ ਆਏ ਲੋਕ ਮੂਰੇ ਹੋ ਕੇ ਕੰਮ ਕਰਨਗੇ ਇਹ ਗੱਲ ਮਨ 'ਚ ਆਉਣ ਵੇਲੇ ਮਹੰਤ ਸੁਜਾਨ ਸਿੰਘ ਦੀ ਕਹੀ ਗੱਲ ਯਾਦ ਆਉਂਦੀ ਪਾਲਿਆ ਤੂੰ ਇੱਧਰ ਪਾਸ ਨਹੀਂ ਹੋ ਸਕਦਾ ਜਿੱਧਰ ਪਾਸ ਹੋਣਾ ਸੀ ਹੋ ਗਿਆ ਅੱਜਕੱਲ ਉਹਨੂੰ ਬੀਬਾ ਦੇ ਸੁਪਨੇ ਆਉਂਦੇ ਬੀਬਾ ਉਹਦੀ ਜੀਵਨ ਚ ਆਈ ਸਭ ਤੋਂ ਵੱਧ ਰੂਪਵੰਤੀ ਸੀ ਬਾਤਾਂ ਚ ਸੁਣੀਆਂ ਪਰੀਆਂ ਵਰਗੀ ਮਾਨਕ ਦੀਆਂ ਕਲੀਆਂ ਚ ਸੁਣੀ ਹੀਰ ਵਰਗੀ ਉਹ ਬੀਬਾ ਨਾਲ ਫੋਨ ਤੇ ਕਰੀਆਂ ਗੱਲਾਂ ਯਾਦ ਕਰਦਾ ਉਹ ਅੱਖਾਂ ਅੱਗੇ ਰਹਿੰਦੀ ਰਾਤ ਨੂੰ ਸੁਪਨਿਆਂ ਚ ਦਿਸਦੀ ਉੱਠਣ ਤੱਕ ਨੇੜੇ ਤੇੜੇ ਲੱਗਦੀ ਕੰਨੀ ਪਈ ਨੀਂਦ ਤੋੜਨ ਆਈ ਕਿਸੇ ਪੰਛੀ ਦੀ ਆਵਾਜ਼ ਉਹ ਵਸਿਆ ਹੋਇਆ ਸੰਸਾਰ ਉਜਾੜ ਦਿੰਦੀ ਉੱਠ ਕੇ ਮੂੰਹ ਤੇ ਹੱਥ ਫੇਰਦੇ ਨੂੰ ਸੋਨਾ ਮਿੱਟੀ ਹੋਇਆ ਲੱਗਦਾ। ਮਨ ਚ ਆਉਂਦਾ ਕਿਸੇ ਵੇਲੇ ਬੀਬਾ ਕੋਲ ਗਊਸ਼ਾਲਾ ਚ ਜਾਵੇ। ਉੱਥੇ ਬੀਬਾ ਦੇ ਬਣੇ ਕਮਰੇ ਬਾਰੇ ਉਹਨੂੰ ਪਤਾ ਸੀ ਪਰ ਜਾਣ ਦੀ ਹਿੰਮਤ ਨਹੀਂ ਸੀ ਪੈਂਦੀ। ਡਰਦਾ ਸੀ ਜੇ ਚਲਾ ਗਿਆ ਬਾਬੇ ਬੁਰਾ ਨਾ ਮੰਨਣ। ਲੁਕੋ ਰਹਿਣਾ ਨਹੀਂ ਸੀ, ਬਹਾਨਾ ਕੋਈ ਬਣਨਾ ਨਹੀਂ ਸੀ। ਬਣਾ ਵੀ ਲਿਆ ਤਾਂ ਚੱਲਣਾ ਨਹੀਂ ਸੀ। ਬਾਬਿਆਂ ਦੀ ਤਿੱਖੀ ਨਿਗਾਹ ਬੰਦੇ ਦੇ ਵਿੱਚ ਦੀ ਲੰਘਣ ਵਾਲੀ ਸੀ। ਅੱਖ ਦੀ ਝਮਕ ਚ ਦਿਲ ਦੀ ਗੱਲ ਬੁੱਝ ਲੈਂਦੇ ਸੀ। ਉਚਾਉਂਦਾ ਸੀ ਕੋਈ ਅਜਿਹੀ ਵਿਧ ਬਣੇ ਜਦੋਂ ਮਨ ਦੀ ਗੱਲ ਕਹਿ ਸਕੇ ਇਹ ਦੱਸੇ ਕਿ ਉਹਦੇ ਡੇਰੇ ਦੇ ਬਾਹਰਲੇ ਪਾਸੇ ਲੱਗਦੀ ਥਾਂ ਕਿੰਨੀ ਮਹਿੰਗੀ ਹੈ ਉਹਦੇ ਕੋਲ ਕਿੰਨੇ ਪੈਸੇ ਨਹੀਂ ਉਹ ਆਸ ਤੱਕ ਲਾਉਸਾਰਦਾ ਕਿ ਫੇਰ ਉਹਦੀ ਕੀ ਮਜ਼ਾ ਲ ਹੈ ਪੱਕੇ ਫਲ ਵਾਂਗ ਉਹਦੀ ਝੋਲੀ ਚਾਕੇ ਨਾ ਡਿੱਗੇ ਪਰ ਦੁੱਖ ਦੀ ਗੱਲ ਇਹ ਸੀ ਕਿ ਕਾਲਜਾ ਪਾੜ ਕੇ ਮੂਹਰੇ ਕਰਨ ਦਾ ਮੌਕਾ ਨਹੀਂ ਸੀ ਮਿਲ ਰਿਹਾ ਆਪਣੀ ਰੀਜ ਨੂੰ ਟੁਕਵੇਂ ਸਮੇ ਬੂਰ ਪਾਉਣਾ ਚਾਹੁੰਦਾ ਸੀ ਤਾਂ ਕਿ ਫਿੱਕ ਪੈਣ ਜਾਂ ਸ਼ੱਕ ਹੋਣ ਨੂੰ ਕੋਈ ਥਾਂ ਨਾ ਰਹੀ ਉਹਨੇ ਅੰਦਾਜ਼ਾ ਲਾ ਲਿਆ ਵੀ ਉਹ ਅੱਖੜ ਨਹੀਂ ਮਿਲ ਆ ਪੜੀ ਐ ਐਰੀ ਗੈਰੀ ਵੀ ਨਹੀਂ ਸਵੈ ਮਾਨ ਵਾਲੀਆਂ ਉਹਦੀਆਂ ਚਿੱਟੀਆਂ ਚਿੱਟੀਆਂ ਅੱਖਾਂ ਉਹਨੂੰ ਸ਼ੀਸ਼ਿਆਂ ਵਰਗੀਆਂ ਲੱਗਦੀਆਂ ਸਨ ਜਿਨ੍ਹਾਂ ਅੱਖਾਂ ਜੱਖਾਂ ਪਾਉਣ ਨੂੰ ਲੁੱਛਦਾ ਉਹਨੂੰ ਹਰਾ ਛੱਡਣ ਜਾਂਦੇ ਭਈਆਂ ਨੇ ਕਈ ਵਾਰੀ ਦੱਸਿਆ ਸੀ ਕਿ ਬੀਬਾ ਜੀ ਆਪਕਾ ਹਾਲ ਚਾਲ ਪੁੱਛਦੇ ਹੈ ਇਸ ਗੱਲ ਦਾ ਉਹਨੂੰ ਯਕੀਨ ਸੀ ਕਿ ਬੀਬਾ ਦੇ ਮਨ ਚ ਉਸ ਲਈ ਥਾਂ ਹੈ ਅਰ ਥਾਂ ਕਿੰਨੀ ਕੈ ਉਹ ਕੀ ਕਰਨਾ ਚਾਹੁੰਦੀ ਹੈ ਇਹ ਨਹੀਂ ਸੀ ਪਤਾ ਚਾਉਣ ਬਾਰੇ ਪਤਾ ਲੱਗਣ ਤੇ ਹੀ ਉਹ ਕੁਝ ਕਰ ਸਕਦਾ ਸੀ ਜੈਪਾਲ ਕੋਲ ਅੰਡਲ ਦਲਾਲ ਦੋ ਤਿੰਨ ਘੇੜੇ ਮਾਰ ਗਿਆ ਸੀ ਕਿਹਾ ਸੀ ਕਿ ਉਹ ਡੇਰੇ ਦੇ ਬਾਜ਼ਾਰ ਵਾਲੇ 5 ਪਾਸੇ 5 7 20 20 ਫੁੱਟੀਆਂ ਤੇ 60 60 ਫੁੱਟ ਲੰਬੀਆਂ ਦੁਕਾਨਾਂ ਕੱਟ ਦੇ ਉਹ 20 20 ਲੱਖ ਤੱਕ ਵੀ ਦਿਵਾ ਸਕਦਾ ਹੈ 7 8000 ਮਹੀਨਾ ਕਰਾਇਆ ਵੀ ਉਹਨੇ ਸੋਚਿਆ ਸੀ ਉਹ 8 10 ਦੁਕਾਨਾਂ 99 ਸਾਲਾ ਪਟੇ ਤੇ ਦੇ ਦੇਗਾ ਪਰ ਉਹ ਉਦੋਂ ਸੋਚਦਾ ਸੀ ਜਦੋਂ ਇਥੋਂ 100 150 ਕਿਲੋਮੀਟਰ ਦੂਰ ਕਿਸੇ ਸ਼ਹਿਰ ਨੇੜੇ ਪਿੰਡ ਜ਼ਮੀਨ ਲੈਣ ਦੀ ਗੱਲ ਮਨ 'ਚ ਆਉਂਦੀ ਸੀ ਧੰਨਵਾਦ ਚਲਦਾ